ਜੁਮੇ ਨੂੰ ਟਾਈਮ ਨਹੀਂ ਲੱਗਾ ਸਾਡਾ ਤੇ ਅੱਜ ਆਏ ਅਸੀਂ ਕੋਈ ਨੀ ਇਹਨੂੰ ਕਿਹੜਾ ਲਿਜਾਣਾ ਕਿਸੇ ਨੇ ਐ ਜੀ ਬਾਬੇ ਰੋਸ਼ਨ ਦਾ ਘਰ ਆ ਇਹ ਜਗ੍ਹਾ ਬਾਬੇ ਦੀ ਨਮਾਜ਼ ਪੜ੍ਹ ਕੇ ਕਬਰਸਤਾਨ ਗਿਆ ਬੰਦਾ ਇੱਕ ਆਂਦਾ ਬਾਬੇ ਦਾ ਪਾਸਪੋਰਟ ਬਣਵਾਓ ਪੈਸੇ ਕਹਿੰਦਾ ਸਾਰੇ ਮੈਂ ਦਊਂਗਾ ਖਰਚਾ ਮਰਚਾ ਜਿਹੜਾ ਵੀ ਲੱਗਾ ਕਹਿੰਦਾ ਮੈਂ ਦਊਂਗਾ ਮੈਂ ਕਿਹਾ ਚਲੋ ਜਾ ਕੇ ਬਾਬੇ ਨਾਲ ਗੱਲ ਕਰਦੇ ਨਾਲੇ ਬਾਬੇ ਨੂੰ ਖੁਸ਼ਖਬਰੀ ਦਿੰਦੇ ਠੀਕ ਆ ਬਣਾ ਲਓ ਜੀ ਜਿਵੇਂ ਅੱਲਾ ਦੀ ਮਰਜ਼ੀ ਅੱਲਾ ਦੇ ਹੁਕਮ ਨਾਲ ਹੋਣਾ ਜੋ ਕੁਛ ਹੋਣਾ ਨਾਲੇ ਆਪਦੇ ਮਤਲਬ ਪੁੱਤਾਂ ਕੋਲੋਂ ਵੀ ਪੁੱਛ ਲਾ ਤੂੰ ਹੈਂਜੀ ਧੀਆਂ ਪੁੱਤਾਂ ਕੋਲੋਂ ਵੀ ਪੁੱਛ ਲਾ ਉਹਨਾਂ ਨੂੰ ਮਤਲਬ ਤੈਨੂੰ ਕਹਿਣ ਨਾ ਵੀ ਤੂੰ ਮਤਲਬ ਚੱਲਣਾ ਵਾ ਕਾਹ ਤੋਂ ਚੱਲਣਾ ਚੱਲਾ ਤੂੰ ਇਸੇ ਮਹੀਨੇ ਮੈਂ ਜਾ ਰਿਹਾ ਉਮਰ ਤੇ ਅੱਲਾ ਖੈਰ ਕਰੇ ਅੱਛਾ ਤੂੰ ਨਾਤ ਪੜਦਾ ਸੀ ਨਾ ਦਰਦ ਸੀ ਪਿਆਰ ਸੀ ਓਹਨੇ ਖਿੱਚ ਪਾਈ ਆ ਨਹੀਂ ਸਮਝ ਆਈ ਹੁਣ ਤੁਸੀਂ ਨਾ ਇੱਥੇ ਬੈਠੋ ਚਾਹ ਪੀਓ ਫਿਰ ਮੈਂ ਮੰਗਵਾਉਣਾ ਗੋਸ਼ਤ ਨਹੀਂ ਨਹੀਂ ਰੋਟੀ ਨਹੀਂ ਅਸੀਂ ਖਾਣੀ ਅਸੀਂ ਜਾਣਾ ਵਾ ਦੁਕਾਨ ਤੇ ਮੁੰਡੇ ਕੱਲੇ ਵਿੱਚ ਮੈਂ ਨਾ ਵੀ ਨਾਲ ਲੈ ਚੱਲਾਂ ਲੈ ਚੱਲਾਂਗੇ ਕੋਈ ਮਸਲਾ ਨਹੀਂ ਮੈਂ ਸਾਹ ਕੱਢ ਤੇਰੇ ਨਾਲ ਆਪਾਂ ਪਾ ਤੈਨੂੰ ਕਿੱਥੇ ਛੱਡਣਾ ਅੱਲਾ ਤੁਹਾਡਾ ਵੀ ਬੇੜਾ ਪਾਰ ਕਰੇ ਮਦੀਨੇ ਵਾਲਾ ਅੱਲਾ ਦੀ ਪਾਲ ਨਾ ਵੀ ਬਲਾ ਲੈ ਰੋਜ਼ੇ ਰਸੂਲ ਤੇ ਜ਼ਿੰਦਗੀ ਦੀ ਜਿੰਨੇ ਰੋਜ਼ਾ ਰਸੂਲ ਦੇਖ ਲਿਆ ਉਹਨੇ ਕੀ ਦੇਖਣਾ ਹੋਰ ਸਾਰਾ ਕੁਝ ਹੀ ਦੇਖ ਲਿਆ ਉਹਨੇ ਦੁਨੀਆ ਤੇ ਆਉਣ ਦਾ ਮਕਸਦ ਪੂਰਾ ਹੋ ਗਿਆ ਜੀ ਉਸ ਪਰ ਅੱਲਾ ਖੈਰ ਕਰੇ ਮੈਨੂੰ ਪੁੱਛਦੇ ਸੀ ਮਲਕ ਪੁੱਛਦੇ ਸੀ ਰਾਤ ਚੱਕ ਵੇਚ ਤੇਰੇ ਬਾਰੇ ਲੋਕ ਖਿਲਾਫ ਗੱਲਾਂ ਬਣੀ ਕਰਦੇ ਬੜੀਆਂ ਕਰੀ ਜਾਂਦੇ ਭੈਣ ਨੂੰ ਇਹ ਚੱਕ ਦੇ ਲੋਕਾਂ ਦੇ ਨੂੰ ਆਪਾਂ ਕਿਸੇ ਨੂੰ ਜੱਜ ਵੀ ਨਹੀਂ ਸਮਝਦੇ ਅੱਛਾ ਲੋਕ ਆ ਜਿੰਨੇ ਕੋ ਪੁੱਛਣਾ ਸੀ ਹੁਣ ਆਏ ਨਾ ਤੇਰੇ ਪਿੰਡ ਵਿੱਚ ਪੁੱਛਿਆ ਵੀ ਬਾਬਾ ਰੋਸ਼ਨ ਘਰ ਕਿਹੜਾ ਸਾਡੇ ਲਈ ਕਿਹਾਂ ਜੀ ਵੇਖਣ ਜਿਵੇਂ ਤੂੰ ਕਿਸੇ ਦਾ ਕਰਦਾ ਨਹੀਂ ਲੈਣਾ ਵੇਖੀ ਜਾਂ ਵੇਖਦੇ ਸੀ ਲੋਕ ਦੇਖੀ ਜਾਂਦੇ ਆਪਣਾ ਕੁਛ ਬੰਦੇ ਇੱਕ ਨੇ ਕੀਤਾ ਉਹ ਗੱਲਬਾਤ ਸਾਡੇ ਨਾਲ ਕਹਿੰਦਾ ਦੁਬਈ ਚੋਂ ਬਾਬੇ ਨਾਲ ਕਹਿੰਦਾ ਵੀ ਮਤਲਬ ਗੱਲ ਕਰਾਓ ਇੱਕ ਤੇ ਮੇਰੀ ਤੇ ਪਾਸਪੋਰਟ ਬਣਾਓ ਇਹਦਾ ਤੇ ਖਰਚਾ ਖੁਰਚਾ ਸਾਰਾ ਕਹਿੰਦਾ ਮੈਂ ਚੁੱਕੂੰਗਾ ਹੁਣ ਅਸੀਂ ਤੁਹਾਨੂੰ ਪੁੱਛਣ ਆਏ ਹਾਂ ਘਰ ਕੇ ਮਤਲਬ ਤੁਹਾਨੂੰ ਅਗਰ ਕੋਈ ਇਤਰਾਜ਼ ਨਾ ਹੋਵੇ ਤੇ ਬਾਬੇ ਨੂੰ ਭੇਜ ਦੀਏ ਬਾਈ ਆਪਣੇ ਵੱਡੇ ਨਾਲ ਵੀ ਕਰ ਲਿਓ ਜੀ ਗੱਲਬਾਤ ਸਾਰੀ ਅਤੇ ਸ਼ਨਾਖਤ ਕਾਰਡ ਹੈਗਾ ਬਾਬੇ ਦਾ ਹਾਂ ਪਾਸਪੋਰਟ ਵਗੈਰਾ ਬਣਵਾਉਣਾ ਪੈਣਾ ਵਾ ਅਤੇ ਚਲੋ ਅੱਲਾ ਦਾ ਘਰ ਵੇਖ ਆਊਗਾ ਹੋਰ ਦੁਨੀਆਂ ਦੇ ਦਿੱਤੇ ਕੀ ਕਰਨਾ ਵਿਚਾਰੇ ਨੇ ਹਾਂਜੀ ਸੁਣਾਓ ਜੀ ਜਿਸ ਦਿਲ ਵਿੱਚ ਇਸ਼ਕ ਮੁਹੰਮਦ ਦਾ ਉਸ ਦਿਲ ਵਿੱਚ ਨੂਰਾ ਜਾਂਦਾ ਏ ਜਦੋਂ ਕਰੀਏ ਜ਼ਿਕਰ ਮੁਹੰਮਦ ਦਾ ਮਹਿਫਲ ਨੂੰ ਸਰੂਰਾ ਜਾਂਦਾ ਏ ਮੈਂ ਤੂਰ ਦੀ ਅਜ਼ਮਤ ਮੰਨਦਾ ਪਰ ਵੱਖਰੀ ਸ਼ਾਨ ਮਦੀਨੇ ਦੀ ਜਦੋਂ ਤੁਰੀਏ ਸ਼ਹਿਰ ਮਦੀਨੇ ਨੂੰ ਹਰ ਕਦਮ 'ਤੇ ਤੂਰਾ ਜਾਂਦਾ ਏ